ਅਸਲਾਮੁ ਅਲੈਕੁਮ, ਆਉਂ ਆਇਆ ਪ੍ਰੋਫੈਸਰ ਬਰਕਤ ਅਲੀ ਰਾਜਪੁਰ, ਮੈਂਬਰ NBC ਟੀਮ ਰਾਣੀਪੁਰ। ਡੀਅਰ ਸਟੂਡੈਂਟਸ ਐਂਡ ਪੇਰੈਂਟਸ, ਤਹਾਂ ਸਾਂ ਕੁਝ ਅਹਿਮ ਗਾਲਿਯੂੰ ਜਾਂ ਅਹਿਮ ਫੈਸਲਾ ਡਿਸਕਸ ਕਰਨਾ ਆਹਿਨ। ਹਿਕੜਾ ਉਹ ਫੈਸਲਾ ਜੇਕੇ ਸਿੰਧ ਹਕੂਮਤ ਤਾਲੀਮੀ ਮੈਦਾਨ ਮੇਂ ਕਯਾ ਆਹਿਨ, ਐਂ ਬਿਆ ਉਹ ਫੈਸਲਾ ਜੇਕੇ ਹਾਇਰ ਐਜੂਕੇਸ਼ਨ ਕਮਿਸ਼ਨ ਯੂਨੀਵਰਸਿਟੀਜ਼ ਲਾਇ ਕਯਾ ਆਹਿਨ। ਹਾਣੇ ਸਿੰਧ ਹਕੂਮਤ ਜੇਕੇ ਤਾਲੀਮੀ ਮੈਦਾਨ ਮੇਂ ਫੈਸਲਾ ਕਯਾ ਆਹਿਨ, ਉਹ ਬਿਲਕੁਲ ਉਹੀ ਆਹਿਨ ਤਕਰੀਬਨ ਜੇਕੇ ਮਰਕਜ਼ ਫੈਸਲਾ ਕਯਾ ਆਹਿਨ। ਜੰਹਿਂਮੇਂ ਨੰਬਰ ਪਹਿਰਿਓਂ ਤ ਸਭਈ ਉਹ ਸ਼ਾਗਿਰਦ ਜੇਕੇ ਕਲਾਸ ਪਹਿਰੇ ਖਾਂ ਅਠੇ ਤਾਈਂ ਆਹਿਨ, ਉਹਨਾਂ ਖੇ ਪ੍ਰੀਵੀਅਸ ਨਤੀਜਨ ਜੇ ਬੁਨਿਆਦ ਤੇ ਪ੍ਰੋਮੋਟ ਕਯੋ। ਨੰਬਰ ਬਿਓ ਜੇਕੋ ਅਹਿਮ ਫੈਸਲੋ ਆ ਤ ਮੈਟ੍ਰਿਕ ਐਂ ਜੇਕੇ ਇੰਟਰ ਜਾ ਬਾਰ ਆਹਿਨ, ਉਹਨਾਂ ਖੇ ਪਾਂਜੇ ਪ੍ਰੀਵੀਅਸ ਨਤੀਜਨ ਜੇ ਬੁਨਿਆਦ ਤੇ ਮਾਰਕੂ ਜਾਂ ਨੰਬਰ ਡਿਨਾ ਵੇਂਦਾ, ਐਂ ਉਹਨਾਂ ਸਾਂ ਗੱਡੋ ਗੱਡੋ 3% ਇਜ਼ਾਫ਼ੀ ਮਾਰਕੂ ਡਿਨੀਆਂ ਵੇਂਦੀਆਂ, ਤਾਂ ਜੀਆਂ ਉਹ ਪਾਂਜੀ ਦਾਖਲਾ ਕਿਸੇ ਸੁੱਠੇ ਮੈਡੀਕਲ ਕਾਲਜ ਜਾਂ ਯੂਨੀਵਰਸਿਟੀਜ਼ ਮੇਂ ਵਠੀ ਸਕਣ। ਨੰਬਰ ਟਿਓਂ ਤ 9th ਐਂ 11th ਦਰਜੇ ਜਾ ਇਮਤਿਹਾਨ ਬੇ ਹਿਨ ਸਾਲ ਨ ਥੀਂਦਾ, ਅਗਲੇ ਸਾਲ ਮੈਟ੍ਰਿਕ ਐਂ ਇੰਟਰ ਜੇ ਨਤੀਜਨ ਜੇ ਬੁਨਿਆਦ ਤੇ ਉਹਨਾਂ ਬਾਰਨ ਖੇ ਮਾਰਕੂ ਜਾਂ ਨੰਬਰ ਡਿਨਾ ਵੇਂਦਾ। ਹਾਣੇ ਸਿੰਧ ਸੂਬੇ ਬੇ ਤਾਲੀਮੀ ਮੈਦਾਨ ਮੇਂ ਕੋਰੋਨਾ ਵਾਰੀ ਸਿਚੁਏਸ਼ਨ ਖੇ ਮੱਦੇ ਨਜ਼ਰ ਰੱਖਦੇ ਕੁਝ ਡੀਅਨ ਮੇਂ ਆਨਲਾਈਨ ਕਲਾਸਿਸ ਜੀ ਆਗਾਜ਼ ਜਾਂ ਸ਼ੁਰੂਆਤ ਜੋ ਫੈਸਲੋ ਕਯੋ ਵੇਂਦੋ ਜਾਂ ਡਿਨੋ ਵੇਂਦੋ। ਹਾਣੇ ਅਸਾਂ ਅਚੂੰ ਤਾਂ ਹਾਇਰ ਐਜੂਕੇਸ਼ਨ ਕਮਿਸ਼ਨ ਕਿਹੜਾ ਫੈਸਲਾ ਡਿਨਾ ਆਹਿਨਿ ਯੂਨੀਵਰਸਿਟੀਜ਼ ਜੇ ਬਾਰੇ ਮੇਂ। ਨੰਬਰ ਪਹਿਰਿਓਂ ਤਾਂ ਸਭਈ ਯੂਨੀਵਰਸਿਟੀਜ਼ 1 June ਖਾਂ ਆਨਲਾਈਨ ਕਲਾਸਿਸ ਜੋ ਆਗਾਜ਼ ਕੰਦੀਓ। ਨੰਬਰ ਬਿਓ, ਸਭਈ ਯੂਨੀਵਰਸਿਟੀਆਂ ਪਹਿਜਨ ਸਟੂਡੈਂਟਸ ਕਾ ਪੋਇਨ ਸੈਮੈਸਟਰਨ ਜਾ ਜੇਕੇ ਪੇਪਰ ਹਨ ਉਹ ਜਾਂ ਇਮਤਿਹਾਨ ਆ ਉਹ ਆਨਲਾਈਨ ਵਠੰਦੀਆਂ। ਐਂ ਨੰਬਰ ਟਿਓਂ ਤਾਂ ਸਭਈ ਯੂਨੀਵਰਸਿਟੀਆਂ ਪਾਂਜੇ ਈਂਦੜ ਸਾਲ ਜੀ ਜੇਕਾ ਦਾਖਲਾ ਪੋਲਿਸੀ ਆ ਉਹਾ ਜਲਦੀ ਵਾਜ਼ਿਓ ਕੰਦੀ। ਹਾਣੇ ਜਦੇ ਪੂਰੀ ਦੁਨੀਆ ਲਾਕਡਾਊਨ ਜੋ ਸ਼ਿਕਾਰ ਆ, ਅਸਾਂ ਵਟ ਤਾਂ ਸਿਰਫ ਬ ਰਸਤਾ ਹੈ। ਇੱਕੋ ਜਾਂ ਤਾਂ ਅਸਾਂ ਬਸ ਕਰੇ ਚੁੱਪ ਕਰੇ ਵੇਹੀ ਰਹੂੰ, ਜਡੇ ਹਾਲਤੂੰ ਬਿਹਤਰ ਥਿਅਨਿ ਤਾਂ ਪੋਇ ਪਾਂਜੋ ਜੇਕੋ ਤਾਲੀਮ ਆਹੇ ਜਾਂ ਤਾਲੀਮ ਜੀ ਜੇਕਾ ਸ਼ੁਰੂਆਤ ਜਾਂ ਆਗਾਜ਼ ਆ ਪੋਇ ਕਯੂੰ ਬਾਅਦ ਮੇਂ ਕਯੂੰ, ਜਾਂ ਵਰੀ ਆਨਲਾਈਨ ਕਲਾਸਿਸ ਜੇ ਥਰੂ ਪਾਂਜੋ ਜੇਕੋ ਤਾਲੀਮੀ ਲੋਸ ਆ ਉਹਨਾਂਖੇ ਬਚਾਇਊਂ ਐਂ ਸ਼ੁਰੂਆਤ ਕਯੂੰ। ਇਹਨਾਂ ਸਭਿਨੀ ਸ਼ਯੁਨ ਖੇ ਮੱਦੇ ਨਜ਼ਰ ਰੱਖਦੇ ਮਾਂ ਤਾਂਖੇ ਪਹਿਰਿਆਂ ਬਿ ਬੁਧਾਇ ਚੁੱਕੋ ਆਯਾਂ ਤ NBC ਟੀਮ 4 May ਖਾਂ ਆਨਲਾਈਨ ਕਲਾਸਿਸ ਜੋ ਆਗਾਜ਼ ਜਾਂ ਸ਼ੁਰੂਆਤ ਕਈ ਆ। ਐਂ ਬੀ ਅਹਿਮ ਗਾਲ੍ਹ ਤ NBC ਟੀਮ ਜੇ ਪਲੇਟਫਾਰਮ ਸਾਂ ਪੀਕ 16 May ਜਾਂ ਅਜੂ ਖਾਂ ਆਨਲਾਈਨ ਕਲਾਸਿਸ ਜੋ ਆਗਾਜ਼ ਜਾਂ ਸ਼ੁਰੂਆਤ ਕਰੇ ਚੁੱਕੀ ਆ। ਹਿਕੜੀ ਅਹਿਮ ਗਾਲ੍ਹ ਜੇਕਾ ਕਾਫ਼ੀ ਸ਼ਾਗਿਰਦਨ ਜੇ ਜ਼ਿਹਨ ਮੇਂ ਹਿਕ ਸਵਾਲ ਤੌਰ ਉਭਰੇ ਪਈ ਤ
ਤਾਂ ਛਾ ਹਿਨ ਸਾਲ ਇੰਟਰੀ ਟੈਸਟ ਥੀਂਦੀ ਜਾਂ ਨ ਥੀਂਦੀ, ਜਾਂ ਈਅਂ ਹੀ ਮਾਰਕੁਨ ਜੇ ਬੁਨਿਆਦ ਤੇ ਸ਼ਾਗਿਰਦਨ ਕੇ ਯੂਨੀਵਰਸਿਟੀਜ਼ ਮੇਂ ਜੇਕਾ ਇਹ ਦਾਖਲਾ ਮਿਲੀ ਸਕਣ। ਹਿਨ ਸਾਲ ਇੰਟਰੀ ਟੈਸਟ ਥੀਂਦੀ ਛੋ ਤ ਇੰਟਰੀ ਟੈਸਟ ਵਾਰੋ ਜੇਕੋ ਫੈਸਲੋ ਆ ਉਹ ਹਾਇਰ ਐਜੂਕੇਸ਼ਨ ਕਮਿਸ਼ਨ ਜੋ ਆ, ਛੋ ਤ ਉਹਾ ਈ ਯੂਨੀਵਰਸਿਟੀਜ਼ ਦਾ ਫੈਸਲਾ ਕੰਦੀ ਆ। ਹਾਣੇ ਅਸਾਂ ਕਿਵੇਂ ਮੰਨਾਂ ਤ ਵਾਕਈ ਜੇਕਾ ਇੰਟਰੀ ਟੈਸਟ ਆ ਉਹ ਹਿਨ ਸਾਲ ਥੀਂਦੀ, ਜੇਕਰੇ ਤਾਂ ਡਿਸੋ ਡਿਠੋ ਹੁੰਦੋ ਜਾਂ ਡਿਸੰਦੋ ਵੀ ਸਹੀ, ਤ ਐਨਏਡੀ ਯੂਨੀਵਰਸਿਟੀ, ਯੂਈਟੀ ਲਾਹੌਰ, ਫਾਸਟ ਐਂ ਬਿਉਂ ਪ੍ਰਾਈਵੇਟ ਯੂਨੀਵਰਸਿਟੀਜ਼ ਪਾਂਜੇ ਇੰਟਰੀ ਟੈਸਟ ਜਾਂ ਕਮਿੰਗ ਸੈਸ਼ਨ ਕਮਿੰਗ ਈਅਰ ਜੇ ਦਾਖਲਾ ਲਾਇ ਤਾਰੀਖੂੰ ਅਨਾਊਂਸ ਕਰੇ ਚੁੱਕੀਆਂ। ਇਹੋ ਕਿਵੇਂ ਪੋਸੀਬਲ ਆ ਤ ਚੰਦ ਯੂਨੀਵਰਸਿਟੀਆਂ ਪਾਂਜੀ ਦਾਖਲਾ ਇੰਟਰੀ ਟੈਸਟ ਜੇ ਬੁਨਿਆਦ ਤੇ ਕਨ, ਐਂ ਕੁਝ ਯੂਨੀਵਰਸਿਟੀਆਂ ਜੇਕਾ ਪਾਂਜੀ ਦਾਖਲਾ ਏ ਉਹਾ ਇੰਟਰੀ ਟੈਸਟ ਖਾਂ ਸਵਾ ਕਨ, ਇਹੋ ਪੋਸੀਬਲ ਕੋਨੇ। ਬੀ ਗੱਲ ਤ ਛਾ ਇੰਟਰੀ ਟੈਸਟ ਹਿਨ ਸਿਚੁਏਸ਼ਨ ਮੇਂ ਥੀਂਦੀ ਕੀਆਂ, ਬਹੁ ਆਪਸ਼ਨਸ ਆਇਨ, ਜਾਂ ਤ ਇੰਟਰੀ ਟੈਸਟ ਬੇ ਆਨਲਾਈਨ ਥੇ, ਜਾਂ ਜੇਕਡੇ ਸਿਚੁਏਸ਼ਨ ਬਿਹਤਰ ਥੀ ਤ ਜਿਹੜੇ ਹਿਸਾਬ ਸਾਂ ਇੰਟਰੀ ਟੈਸਟ ਥੀਂਦੀ ਆ ਉਨ ਹਿਸਾਬ ਸਾਂ ਹੀ ਕਈ ਵੇਂਦੀ। ਜੇਕਡੇ ਸਟੂਡੈਂਟਸ ਤਾਂ ਜੇ ਜ਼ਿਹਨ ਮੇਂ ਇਹੋ ਸਵਾਲ ਹੁਜੇ ਤ ਛਾ ਪੀ ਐਮ ਡੀ ਸੀ ਪਾਂਜੀ ਜੇਕਾ ਇੰਟਰੀ ਟੈਸਟ ਆ ਉਹ ਮੈਡੀਕਲ ਕਾਲਜਿਸ ਜਾਂ ਯੂਨੀਵਰਸਿਟੀਜ਼ ਲਾਇ ਕਰਾਈਂਦੀ? ਹਾਂ ਬਿਲਕੁਲ ਕਰਾਈਂਦੀ। ਜੇਕਡੇ ਪੀ ਐਮ ਡੀ ਸੀ ਐਫ ਸੀ ਪੀ ਐਸ ਜੇ ਇਮਤਿਹਾਨ ਲਾਇ ਹਜ਼ਾਰੇ ਡਾਕਟਰਸ ਜੋ ਜੇਕੋ ਇਮਤਿਹਾਨ ਆ ਉਹ ਆਨਲਾਈਨ ਵਠੀ ਸਕੇ ਥੀ, ਤ ਪੀ ਐਮ ਡੀ ਸੀ ਲਾਇ ਹੀ ਇੰਟਰੀ ਟੈਸਟ ਜੇਕੋ ਵਠਣ ਆ ਉਹ ਏਡੋ ਵੱਡੋ ਕੋ ਮੁਸ਼ਕਿਲ ਫੈਸਲੋ ਕੋਨੇ ਕੋ। ਹਾਂ ਕਾਫ਼ੀ ਯੂਨੀਵਰਸਿਟੀਜ਼ ਤ ਅਹਿੜੀਆਂ ਬਿ ਆਹਿਨ ਜਿਨ ਪਾਂਜੇ ਟੈਸਟ ਜੀ ਜੇਕਾ ਡੇਟ ਆ ਉਹ ਹਿਕ ਹਫ਼ਤੇ ਤਾਈਂ ਰੱਖੀ ਆ, ਤ ਹਰ ਡੀਂਹ ਤੇ 500 ਜਾਂ 1000 ਸਟੂਡੈਂਟਸ ਉਹ ਟੈਸਟ ਦੇਈ ਸਕਣ। ਹਾਂ ਇਹ ਟੈਸਟ ਥੀਂਦੀ ਜ਼ਰੂਰ, ਪੋਈ ਜਾਂ ਉਹ ਟੈਸਟ ਸਿਚੁਏਸ਼ਨ ਬਿਹਤਰ ਨ ਹੋਈ ਤ ਆਨਲਾਈਨ ਥੀਂਦੀ, ਜੇਕਡੇ ਸਿਚੁਏਸ਼ਨ ਬਿਹਤਰ ਹੋਈ ਤ ਪੋਈ ਜਿਹੜੇ ਹਿਸਾਬ ਸਾਂ ਇੰਟਰੀ ਟੈਸਟ ਥੀਂਦੀ ਆ ਉਹ ਤਰੀਕੇ ਸਾਂ ਹੀ ਥੀਂਦੀ। ਹਿਕੜੀ ਸਜੇਸ਼ਨ ਤਾਂ ਸਟੂਡੈਂਟਸ ਐਂ ਪੇਰੈਂਟਸ ਲਾਇ ਤ ਐਨ ਬੀ ਸੀ ਜਾਂ ਪੀਕ ਜੇ ਆਨਲਾਈਨ ਕਲਾਸਿਸ ਮੇਂ ਹਿਕੜੀ ਜੇਕਾ ਤਮਾਮ ਅਹਿਮ ਗਾਲ ਆ ਤ ਅਸਾਂਜੋ ਜੇਕੋ ਟੈਸਟ ਜੋ ਪੇਟਰਨ ਆ ਉਹ ਬੇ ਆਨਲਾਈਨ ਆ, ਯਾਨੀ ਹਿਨ ਸਿਸਟਮ ਮੇਂ ਆਨਲਾਈਨ ਟੈਸਟ ਵਾਰੋ ਜੇਕੋ ਸਿਸਟਮ ਆ ਉਹ ਬੇ ਸ਼ਾਮਿਲ ਆ। ਜੇਕਡੇ ਬਾਰ ਉਨ ਆਨਲਾਈਨ ਸਿਸਟਮ ਵਾਰੇ ਪੇਟਰਨ ਮਾਂ ਕ੍ਰੋਸ ਕੰਦੋ ਟੈਸਟ ਦਿੰਦੋ ਤ ਉਨ ਬਾਰ ਜੀ ਪ੍ਰੈਕਟਿਸ ਥੀਂਦੀ ਫਿਊਚਰ ਲਾਇ, ਜੇਕਡੇ ਉਨਖੇ ਇੰਟਰੀ ਟੈਸਟ ਆਨਲਾਈਨ ਦੇਣੀ ਪਏ ਤ ਉਹ ਬਾਰ ਅਗਮੇ ਹੀ ਪ੍ਰਿਪੇਅਰ ਹੁੰਦੋ ਉਨ ਸਿਸਟਮ ਮਾਂ ਕ੍ਰੋਸ ਥਿਅਲ ਹੁੰਦੋ, ਐਂ ਉਨ ਜੇ ਲਾਇ ਉਹਾ ਜੇਕਾ ਇੰਟਰੀ ਟੈਸਟ ਦੇਣਾ ਉਹਾ ਆਸਾਨ ਹੁੰਦੀ। ਸੋ ਡੀਅਰ ਪੇਰੈਂਟਸ ऐं स्टूडेंट्स इह चंद गालियूं हुयूं जे बुनियाद ते जेके तव्हां सां शेयर कयूं, ऐं इन ई बुनियाद ते पेरेंट्स या स्टूडेंट्स तव्हां फ़ैसिलो करे सघंदव त जीअं तव्हां इन एन बी सी जे ऑनलाइन क्लास जो हिसो बणिजो, त जीअं तव्हांजी जेका प्रिपरेशन आहे उहा बहितर थी सघे, ऐं तव्हां इन सिचुएशन में बहितर सुठी तयारीअ सां पंहिंजी इंट्री टेस्ट पास करे सघो, ऐं कंहिं सुठी मेडिकल कॉलेज, इंजीनियरिंग यूनिवर्सिटी या जनरल यूनिवर्सिटी में दाख़िला वठी सघो। थैंक यू वेरी मच।